ਮੈਂ ਜੋ ਕੁਝ ਮੇਰੇ ਮਨ 'ਚ ਫੀਲ ਕਰਦੀ, ਦੁੱਖ ਹੈ, ਗੁੱਸਾ ਹੈ, ਰੋਣਾ ਹੈ, ਹੰਝੂ ਹੈ, ਜਾਂ ਕਿਸੇ ਪਾਸੇ ਮੇਰੇ 'ਤੇ ਅਟੈਕ ਹੋਇਆ, ਉਹ ਸਾਰੇ ਮੈਂ ਆਪਣੀ ਕਲਮ 'ਚ ਦਰਜ ਕਰਦੀ ਰਹੀ ਹਾਂ। ਗੀਤ ਲਿਖਿਆ, ਕਵਿਤਾਵਾਂ ਤਿੰਨ ਤਰ੍ਹਾਂ ਦੀਆਂ ਇਹ ਡਾਇਰੀ ਦੇ ਵਿੱਚ ਮੇਰੀਆਂ ਕੁਝ ਤਾਂ ਲਿਖਤਾਂ ਹੈਗੀਆਂ, ਹਾਂਜੀ, ਗੀਤ ਵੀ ਹੈ, ਕਵਿਤਾਵਾਂ ਵੀ ਹੈ, ਡਾਇਰੀ ਵੀ ਹੈ। ਕਿਉਂਕਿ ਹਰ ਪਲ ਮੈਂ ਜਿਸ ਵਕਤ ਵੀ ਵਿਹਲੀ ਹੁੰਦੀ, ਸ਼ਾਮ ਨੂੰ ਸਵੇਰ ਬੈਠ ਕੇ ਲਿਖਦੀ, ਮੇਰਾ ਲਿਖਣ ਦਾ ਨਾ ਮੈਨੂੰ ਕੋਈ ਤਜਰਬਾ ਸੀ, ਨਾ ਮੇਰਾ ਕੋਈ ਸ਼ੌਕ ਸੀ, ਨਾ ਮੈਨੂੰ ਕੋਈ ਇਸ ਦੇ ਬਾਰੇ ਕੋਈ ਜਾਣਕਾਰੀ ਸੀ। ਸਭ ਤੋਂ ਪਹਿਲੀ ਜੋ ਮੈਂ ਇੱਕ ਕਵਿਤਾ ਲਿਖੀ ਉਹਨੂੰ ਕਹਿ ਸਕਦੇ ਹਾਂ, ਮੈਂ ਕਦੇ ਵੀ ਆਪਣੇ, ਮੈਂ ਤੇ ਮੇਰੇ ਪਤੀ ਅਸੀਂ ਹਮੇਸ਼ਾ ਇਕੱਠੇ ਮੂਵ ਕਰਦੇ ਸੀ, ਮੈਨੂੰ ਉਹਨਾਂ ਦੀ ਮੌਤ ਤੋਂ ਬਾਅਦ ਸਭ ਤੋਂ ਜਿਹੜੀ ਬਹੁਤ ਕਿਸੇ ਔਖ ਵੇਲੇ ਤੁਸੀਂ ਕਵਿਤਾ ਲਿਖੀ ਹੋਵੇ ਪ੍ਰਭਾਵ ਜਿਹੜੀ ਉਹ ਕੋਈ ਸਾਂਝੀ ਕਰੋ ਸਾਡੇ ਨਾਲ ਤਾਂ। ਦੇਖੋ, ਦੋ ਤਿੰਨ ਹੈਡਿੰਗ ਮੈਂ ਦੱਸ ਸਕੂੰਗੀ, ਬਾਕੀ ਤਾਂ ਨਹੀਂ, ਕਿਉਂਕਿ ਮੇਰੀ ਜਿਹੜੀ ਕਵਿਤਾ ਕੁਝ ਮੇਰੀ ਪਰਸਨਲ ਜ਼ਿੰਦਗੀ ਨਾਲ ਹੈ, ਕੁਝ ਮੇਰੀ ਜ਼ਿੰਦਗੀ 'ਚ ਆਏ ਵੀ ਇੰਸੀਡੈਂਟਾਂ ਨਾਲ ਹੈ, ਕੁਝ ਮੇਰੀ ਅੱਜ ਦੀ ਜਿਵੇਂ ਰਾਜਨੀਤੀ 'ਚ ਉਹਨਾਂ ਦੇ ਨਾਲ, ਤਿੰਨ ਤਰ੍ਹਾਂ ਦੇ ਖਿਆਲ ਹੈਗੇ ਨੇ। ਜਦੋਂ ਪਹਿਲੀ ਵਾਰ ਮੈਂ ਕਲਮ ਚੱਕੀ ਹੈ, ਮੇਰੇ ਪਤੀ ਤੋਂ ਬਿਨਾਂ ਮੈਨੂੰ ਇਕੱਲੀ ਨੂੰ ਜਾਣਾ ਪਿਆ ਆਪਣੇ ਲਹਿਰੀ, ਜਿਹੜਾ ਮੈਂ ਸੋਚਿਆ ਹੀ ਨਹੀਂ ਸੀ, ਸਿੱਖਿਆ ਹੀ ਨਹੀਂ ਸੀ ਉਹਨਾਂ ਤੋਂ ਬਿਨਾਂ ਮੈਂ ਇਕੱਲੇ ਜਾਣਾ ਕਿਤੇ, ਉਹ ਮੇਰੇ ਲਈ ਬਹੁਤ ਦੁਖਦਾਇਕ, ਮੈਂ ਉਸ ਵਕਤ ਮੈਨੂੰ ਪਤਾ ਹੀ ਨਹੀਂ ਸੀ, ਮੈਂ ਗੁੰਮ ਸੁੰਮੀ ਸੀ ਚਲੀ ਗਈਆਂ। ਉੱਥੇ ਮੈਂ ਮੇਰੇ ਮਨ 'ਚ ਇਹੀ ਗੱਲਾਂ ਆਈਆਂ, ਤੇਰੇ ਵਾਜੋਂ ਤੇਰੇ ਪਿੰਡ ਵਿੱਚ ਕਿੰਜ ਸੱਜਣਾ ਮੈਂ ਹੋ ਕੇ ਆ ਗਈ, ਉਹੀ ਪੈਂਡੇ ਉਹੀ ਰਾਹਾਂ, ਇਕੱਲੀ ਕਿਵੇਂ ਤੇਰੇ ਪਿੰਡ ਰੋ ਕੇ ਆ ਗਈ। ਇਹ ਮੇਰੀ ਉਹ ਪਹਿਲੀ ਸੀ ਜਿਹਦੇ ਵਿੱਚ ਅੱਗੇ ਚਾਰ ਪੰਜੇ ਪਤੀ ਦੇ ਜਾਣ ਤੋਂ ਬਾਅਦ ਹਲਕੇ ਦੇ ਵਿੱਚ, ਉਹ ਵੀ ਖਾਸ ਲਾਜ ਵਾਲੇ ਸਹੁਰਿਆਂ ਵਾਲੇ ਹਲਕੇ ਦੇ ਵਿੱਚ ਮੈਂ ਗਈ, ਉਸ ਥਾਂ 'ਤੇ ਇਹ ਮੇਰੀ ਪਹਿਲੀ ਲਿਖਤ ਸੀ। ਦੈਨ ਫਿਰ ਉਸ ਤੋਂ ਬਾਅਦ ਜਿਸ ਵਕਤ ਮੇਰਾ ਬੇਟਾ ਪੈਦਾ ਹੋਇਆ, ਤਾਂ ਉਸ ਵਕਤ ਮੈਨੂੰ ਢਾਰਸ, ਜਿਸ ਵਕਤ ਬੱਚੇ ਦੀ ਮਾਂ ਦੇ ਨਾਲ ਲੱਗਦਾ, ਛਾਤੀ ਨਾਲ ਲੱਗਦਾ, ਦਿਲ ਨਾਲ ਲੱਗਦਾ, ਤਾਂ ਅੱਛਾ ਮਮਤਾ ਅਤੇ ਤਾਕਤ ਮਿਲਦੀ ਹੈ। ਉਦੋਂ ਮੈਂ ਲਿਖਿਆ ਸੀ, ਪੱਕੇ ਨਾਤੇ ਟੁੱਟਦੇ ਦੇਖੇ, ਕੱਚੇ ਜੁੜਦੇ ਦੇਖੇ ਨੇ, ਅੰਬਰ ਧਰਤੀ ਦੋਵੇਂ ਇਕੱਠੇ ਰਲ ਕੇ ਰੋਂਦੇ ਦੇਖੇ ਨੇ, ਇਹ ਮੈਂ ਉਸ ਵਕਤ ਲਿਖੀ ਸੀ। ਤੀਜਾ ਮੇਰਾ ਸੀ ਜਦੋਂ ਮੇਰੇ ਮਾਤਾ ਦੀ ਡੈਥ ਹੋ ਗਈ, ਮੇਰਾ ਉਹ ਸਹਾਰਾ ਵੀ ਚਲਿਆ ਗਿਆ। ਉਸ ਵਕਤ ਮੈਂ ਲਿਖਿਆ ਸੀ, ਦੁੱਖਾਂ ਦੀ ਕਿਤਾਬ ਸਹੀ ਹੋ, ਖੋਲਾਂ ਕਿਹਦੇ ਕੋਲ ਨੇ, ਰੋਂਦਾ ਹੋਇਆ ਦਿਲ ਅੱਜ ਫੋਲਾਂ ਕਿਹਦੇ ਕੋਲ ਨੇ। ਗਾਉਂਦੇ ਵੀ ਹੋ ਮੇਰੇ ਖਿਆਲ? ਇਹਨੂੰ ਮੇਰੇ ਬੱਚਿਆਂ ਨੇ ਇੱਕ ਵਾਰ ਮੈਨੂੰ ਜਿਸ ਤਰ੍ਹਾਂ ਦੱਸਿਆ ਕਿ ਸ਼ੁਰੂ 'ਚ ਬਚਪਨ 'ਚ ਪੜ੍ਹਨ ਵੇਲੇ ਬੜਾ ਸ਼ੌਕ ਸੀ ਗਾਉਣ ਦਾ, ਮਾਂ ਬਾਪ ਨੇ ਗਾਉਣ ਨਹੀਂ ਦਿੱਤਾ, ਲੇਕਿਨ ਉਸ ਤੋਂ ਬਾਅਦ ਲੰਬੀ ਸਿਆਸਤ ਵਿੱਚ ਮੇਰੇ ਗਲਾ, ਆਵਾਜ਼ ਮੇਰਾ ਸਾਥ ਨਹੀਂ ਸੀ ਦੇ ਰਿਹਾ। ਕੁਛ ਜੇ ਗਾ ਕੇ ਸੁਣਾ ਦਿਓ ਤਾਂ ਸਾਡੇ ਦਰਸ਼ਕਾਂ ਨੂੰ। ਦੁੱਖਾਂ ਦੀ ਕਿਤਾਬ ਸਹੀਓ, ਮੈਂ ਖੋਲਾਂ ਕਿਹਦੇ ਕੋਲ ਨੀ, ਰੋਂਦਾ ਹੋਇਆ ਦਿਲ ਦੱਸੋ, ਮੈਂ ਫੋਲਾਂ ਕਿਹਦੇ ਕੋਲ ਨੀ। ਦੁੱਖਾਂ ਦੀ ਕਿਤਾਬ ਸਹੀਓ, ਇਹ ਮੇਰੀ ਪੋਇਮ ਸੀ। ਬੀਬੀ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਆਪਣੀ ਜਾਤੀ ਅਤੇ ਸਿਆਸੀ ਜ਼ਿੰਦਗੀ ਬਾਰੇ ਸਾਡੇ ਨਾਲ ਇਹੋ ਜਿਹੀਆਂ ਗੱਲਾਂ ਸ਼ੇਅਰ ਕੀਤੀਆਂ ਜਿਹੜੀਆਂ ਸ਼ਾਇਦ ਪਹਿਲੀ ਵਾਰੀ ਸਾਡੇ ਦਰਸ਼ਕਾਂ ਦੇ ਸਾਹਮਣੇ ਆਉਣਗੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਬੀਬੀ ਭੱਠਲ ਨੇ ਆਪਣੇ ਜਾਤੀ ਅਤੇ ਸਿਆਸੀ ਤਜਰਬੇ ਸਾਂਝੇ ਕੀਤੇ। ਤੁਹਾਨੂੰ ਇਹ ਗੱਲਬਾਤ ਕਿਹੋ ਜਿਹੀ ਲੱਗੀ? ਸਾਨੂੰ ਤੁਹਾਡੀ ਰਾਇ ਅਤੇ ਸੁਝਾਅ ਦਾ ਇੰਤਜ਼ਾਰ ਰਹੇਗਾ। ਸਾਨੂੰ ਲਿਖੋ, ਸਾਡਾ ਈਮੇਲ ਪਤਾ ਹੈ feedback@ptcnetwork.tv। ਧੰਨਵਾਦ।